ਅਸੀਂ ਪੰਜਾਬ ਦੀ ਗੱਲ ਕਰ ਲਈਏ ਅਸੀਂ ਭਾਰਤ ਦੀ ਗੱਲ ਕਰਦੀਏ ਇੱਕ ਐਸਾ ਦੇਸ਼ ਹੈ ਜਿੱਥੇ ਜਨਮ ਤੋਂ ਲੈ ਕੇ ਮਰਨ ਤੱਕ ਗਿੰਦਾ ਜੁੜਿਆ ਹੋਇਆ ਹੈ। ਸਾਹਿਤ ਨਹੀਂ ਕੀਤਾ ਗਿਆ ਅਖਰ ਕਾਰਨ ਕੀ ਹੈ ਕਿ ਐਟਮੋਸਫੀਅਰ ਜਿਹੜਾ ਪੰਜਾਬ ਦਾ ਹੈਗਾ ਜਾਂ ਧਰਤੀ ਹੈਗੀ ਉਹ ਗਿੰਦੇ ਦੀ ਖੇਤੀ ਦੇ ਅਨੁਕੂਲ ਨਹੀਂ ਹੈਗੀ। ਸਿਰਫ ਅਗਰ ਅਸੀਂ ਬਾਉਂਡਰੀ ਤੇ ਹੀ ਗਿੰਦਾ ਲਾ ਦਈਏ ਜਿਹੜੀ ਸਾਡੀ 베ਸਟ ਇਸ ਦੀ ਬੱਟ ਸੀ। ਉਹਦੇ ਤੋਂ ਹੀ ਅਸੀਂ ਕਿੰਨਾ ਪੈਸਾ ਕਮਾ ਸਕਦੇ। ਪੰਜਾਬ ਤੋਂ ਬਾਹਰ ਜਾ ਕੇ ਗੱਲ ਕਰੀਏ ਕਿੰਨੇ ਤਰ੍ਹਾਂ ਦੀਆਂ ਵੈਰਾਈਟੀਆਂ ਮੁੱਖ ਤੌਰ ਤੇ ਇੰਡੀਆ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਕਹਿੰਦੇ। ਕਿਤਾਬਾਂ ਦੇ ਵਿੱਚ ਬਹੁਤ ਨਾਮ ਪੜੇ ਕਿ ਆਹ ਵੈਰਾਈਟੀ ਆਹ ਵੈਰਾਈਟੀ ਆਹ ਵੈਰਾਈਟੀ। ਵੱਡੇ-ਵੱਡੇ ਇੰਸਟੀਚੂਟਸ ਤੱਕ ਮੈਂ ਫੋਨ ਕਰਕੇ ਦੇਖ ਲਏ ਉਹ ਵੈਰਾਈਟੀਆਂ ਨਹੀਂ ਮਿਲੀਆਂ। ਇਹ ਫੁੱਲ ਇੱਕ ਐਸਾ ਫੁੱਲ ਹੈ ਜਿਹੜਾ ਜਦੋਂ ਫਰੈਸ਼ ਹੈ ਵਿਕ ਗਿਆ ਤਾਂ ਵੀ ਫਾਇਦਾ ਹੈ। ਜਦੋਂ ਸੁੱਕ ਗਿਆ ਤਾਂ ਵੀ ਫਾਇਦਾ ਹੈ। ਜਿਸ ਬੰਦੇ ਨੇ ਪਲੈਨਿੰਗ ਕਰਕੇ ਗੇਂਦਾ ਲਾ ਲਿਆ ਕਿ ਮੇਰਾ ਉਸ ਟਾਈਮ ਗੇਂਦਾ ਤਿਆਰ ਹੋ ਜਾਊਗਾ ਸਮਝ ਲਓ ਪੈਸੇ ਕਮਾ ਗਏ ਹੱਸੀ ਕਾਲ ਦੋਸਤੋ ਪ੍ਰਾਈਡ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਸੰਸਾਰਦੀਪ ਪੰਜਾਬ ਦੇ ਵਿੱਚ ਇੱਕ ਪਾਸੇ ਫਸਲਾਂ ਦੀ ਖੇਤੀ ਜਿਹੜੀ ਵੱਡੇ ਪੱਧਰ ਤੇ ਹੋ ਰਹੀ ਆ ਜਿਹਦੇ ਇੱਕ ਪਾਸੇ ਤੋਂ ਜੇ ਦੇਖੀਏ ਤਾਂ ਨੁਕਸਾਨ ਵੀ ਬਹੁਤ ਨੇ ਦੂਜੇ ਪਾਸੇ ਫਾਇਦੇ ਵੀ ਜਿਹੜੇ ਬਹੁਤ ਨੇ ਪਰ ਪੰਜਾਬ ਆਪਾਂ ਕਹਿ ਦਿੰਨੇ ਆ ਕਿ ਪਾਣੀ ਦਾ ਪੱਧਰ ਜਿਹੜਾ نیچے ਨੂੰ ਜਾ ਰਿਹਾ ਜਾਂ ਧਰਤੀ ਦੀ ਉਪਜਾਊ ਸ਼ਕਤੀ ਜਿਹੜੀ ਲਗਾਤਾਰ ਸਮੇਂ-ਸਮੇਂ ਨੜ ਘਟ ਰਹੀ ਆ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਫੁੱਲਾਂ ਦੀ ਡਿਮਾਂਡ ਜਿਹੜੀ ਬਹੁ ਵੱਡੇ ਪੱਧਰ ਤੇ ਲਗਾਤਾਰ ਵੱਧ ਰਹੀ ਆ ਆਪਾਂ ਦੇਖਦੇ ਆ ਚਾਹੇ ਕਿਸੇ ਮੇਲੇ ਤੇ ਹੋਣ ਚਾਹੇ ਕਿਸੇ ਵੀ ਸਮਾਗਮ ਦੇ ਵਿੱਚ ਆਮ ਫੁੱਲਾਂ ਦੀ ਡਿਮਾਂਡ ਜਿਹੜੀ ਵੱਡੇ ਪੱਧਰ ਤੇ ਹੁੰਦੀ ਪਰ ਕਿਤੇ ਨਾ ਕਿਤੇ ਜਦੋਂ ਇੱਕ ਝਾਤੀ ਮਾਰਦੇ ਆ ਤਾਂ ਉਹਨਾਂ ਫੁੱਲਾਂ ਦੀ ਖੇਤੀ ਜਿਹੜੀ ਆ ਪੰਜਾਬ ਦੇ ਵਿੱਚ ਆਪਾਂ ਨੂੰ ਘੱਟ ਦੇਖਣ ਨੂੰ ਮਿਲਦੀ ਆ ਗੈਂਦੇ ਦੇ ਫੁੱਲ ਦੀ ਜੇਕਰ ਉਦਾਹਰਣ ਲੈ ਕੇ ਚੱਲੀਏ ਤਾਂ ਡਿਮਾਂਡ ਹਰ ਸਮਾਗਮਾਂ ਦੇ ਵਿੱਚ ਰਹਿੰਦੀ ਪਰ ਜਦੋਂ ਖੇਤੀ ਵੱਲ ਝਾਤ ਮਾਰਦੇ ਆ ਤਾਂ ਉਸ ਵੱਡੇ ਪੱਧਰ ਤੇ ਉਸ ਲੈਵਲ ਦੀ ਖੇਤੀ ਜਿਹੜੀ ਆ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀ ਕਾਰਨ ਕੀ ਨੇ ਕਿ ਜਦੋਂ ਡਿਮਾਂਡ ਹੈਗੀ ਤਾਂ ਪੰਜਾਬ ਦੀ ਕੀ ਐਟਮੋਸਫੀਅਰ ਉਸ ਤਰ੍ਹਾਂ ਦਾ ਨਹੀਂ ਕਿ ਇਸ ਤਰ੍ਹਾਂ ਦੀ ਖੇਤੀ ਜਿਹੜੀ ਆ ਉਹਨੂੰ ਪ੍ਰਫੁੱਲਤ ਕੀਤਾ ਜਾ ਸਕੇ ਇਸ ਤਰ੍ਹਾਂ ਦੀ ਖੇਤੀ ਜਿਹੜੀ ਆ ਪੰਜਾਬ ਦੇ ਵਿੱਚ ਕੀਤੀ ਜਾ ਸਕੇ ਸਾਰੀ ਜਾਣਕਾਰੀ ਹਾਸਲ ਕਰਨ ਦੇ ਲਈ ਸਾਡੇ ਨਾਲ ਅੱਜ ਪ੍ਰੋਫੈਸਰ ਜੁਝਾਰ ਸਿੰਘ ਜੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਆਖਰ ਕਾਰਨ ਕੀ ਨੇ ਕਿ ਗੈਂਦੇ ਦੇ ਫੁੱਲ ਦੀ ਖੇਤੀ ਪੰਜਾਬ ਦੇ ਵਿੱਚ ਬਹੁਤ ਛੋਟੇ ਲੈਵਲ ਤੇ ਜਿਹੜੀ ਹੋ ਰਹੀ ਆ ਸਰ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਸਰ ਗੈਂਦੇ ਦੇ ਫੁੱਲਾਂ ਦੀ ਗੱਲ ਕੀ ਕਰੀਏ ਤਾਂ ਵੱਡੇ ਪੱਧਰ ਤੇ ਜਿਹੜੀ ਡਿਮਾਂਡ ਅਕਸਰ ਦੇਖਣ ਨੂੰ ਮਿਲਦੀ ਆ ਜੀ ਇੰਨੀ ਜ਼ਿਆਦਾ ਡਿਮਾਂਡ ਹੋਣ ਦੇ ਬਾਵਜੂਦ ਵੀ ਨਾ ਮਾਤਰ ਲੈਵਲ ਤੇ ਖੇਤੀ ਪੰਜਾਬ ਦੇ ਵਿੱਚ ਹੋਣਾ ਕੀ ਕਾਰਨ ਤੁਹਾਨੂੰ ਜੇ ਅਸੀਂ ਗੱਲ ਕਰੀਏ ਗਿੰਦੇ ਦੀ ਤਾਂ ਗਿੰਦਾ ਇੱਕ ਇਹੋ ਜਿਹਾ ਫੁੱਲ ਹੈ ਜਿਹੜਾ ਬਹੁਤ ਜਿਹਨੂੰ ਅਸੀਂ ਆਪਣੀ ਆਪਣੀ ਸਿੰਪਲ ਭਾਸ਼ਾ ਚ ਕਹਿੰਦੇ ਆ ਕਿ ਢੀਠ ਬੂਟਾ ਹੈ ਜਿਹਨੂੰ ਜਿੱਥੇ ਲਾਣਾ ਚਾਹੀਏ ਉੱਥੇ ਉਹ ਲੱਗ ਜਾਂਦਾ ਹੈ ਪਰ ਵੱਡੀ ਗੱਲ ਇਹ ਹੈ ਕਿ ਇਹਨੂੰ ਲਾਣ ਬਾਰੇ ਕਦੇ ਨਾ ਤਾਂ ਕਿਸਾਨਾਂ ਨੂੰ ਜ਼ਿਆਦਾ ਜਾਗਰੂਕ ਕੀਤਾ ਗਿਆ ਤੇ ਨਾ ਹੀ ਇਹਦੇ ਫਾਇਦਿਆਂ ਬਾਰੇ ਕਦੇ ਜ਼ਿਆਦਾ ਦੱਸਿਆ ਗਿਆ ਇੱਕ ਪਾਸੇ ਜੇ ਅਸੀਂ ਗਿੰਦੇ ਨੂੰ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਸਮਝਣ ਲਈ ਇਹ ਦੇਖ ਲਈਏ ਕਿ ਗਿੰਦਾ ਦੋ ਤਰ੍ਹਾਂ ਦਾ ਹੈ ਜਿਹੜਾ ਅਸੀਂ ਕਮਰਸ਼ੀਅਲੀ ਲਗਾਉਂਦੇ ਆ ਉਦੇ ਵਿੱਚ ਇੱਕ ਹੋ ਗਿਆ ਗੇਂਦਾ ਤੇ ਦੂਜੀ ਹੋ ਗਈ ਗੇਂਦੀ ਆਪਣੀ ਜਿਹੜੇ ਦੇਸ਼ੀ ਭਾਸ਼ਾ ਚ ਕਹਿੰਦੇ ਆ ਤੇ ਅਸੀਂ ਅਸੀਂ ਆਪਣੀ ਸਾਇੰਟਿਫਿਕ ਭਾਸ਼ਾ ਚ ਕਹਿ ਲਈਏ ਤਾਂ ਇੱਕ ਤਾਂ ਹੈਗਾ ਅਫਰੀਕਨ ਮੈਰੀਗੋਲਡ ਇੱਕ ਹੈਗਾ ਫ੍ਰੈਂਚ ਮੈਰੀਗੋਲਡ ਅੱਛਾ ਜੀ ਤਾਂ ਜਿਹੜਾ ਛੋਟਾ ਫੁੱਲਾ ਨੂੰ ਜਿਹੜਾ ਫ੍ਰੈਂਚ ਮੈਰੀਗੋਲਡ ਕਹਿੰਦੇ ਆ ਜਿਹੜਾ ਵੱਡਾ ਹੈ ਉਹਨੂੰ ਅਫਰੀਕਨ ਮੈਰੀਗੋਲਡ ਕਹਿੰਦੇ ਆ ਹੁਣ ਇਹਦੇ ਵਿੱਚ ਇਹ ਹੈ ਕਿ ਲੋਕਲ ਅਗਰ ਡਿਮਾਂਡ ਦੇਖਦੇ ਆਂ ਅਸੀਂ ਤਾਂ ਨਾ ਸਿਰਫ ਕਹ ਲੋ ਕਮਰਸ਼ੀਅਲ ਪਰਪਸ ਲਈ ਹਾਰ ਬਣਾਉਣ ਲਈ মালা ਬਣਾਉਣ ਲਈ ਜਾਂ ਪੂਜਾ ਲਈ ਇਹਨੂੰ ਵਰਤਿਆ ਜਾਂਦਾ ਹੈ ਬਲਕਿ ਜਿਹੜੇ ਗਾਰਡਨ ਨੇ ਉਹਨਾਂ ਨੂੰ ਸੋਹਣਾ ਬਣਾਉਣ ਲਈ ਬਿਊਟੀਫਿਕੇਸ਼ਨ ਲਈ ਵੀ ਗੇਂਦੇ ਨੂੰ ਵਰਤਿਆ ਜਾਂਦਾ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਕਾਫੀ ਜਿਹੜੇ ਹਾਈਬ੍ਰਿਡਸ ਨੇ ਉਹ ਹੁਣ ਆ ਚੁੱਕੇ ਨੇ ਡਵਾਰਫ ਨੇ ਛੋਟੇ ਜਿਹੇ ਬੂਟੇ ਹੁੰਦੇ ਨੇ ਜਿਹਨੂੰ ਫੁੱਲ ਬਹੁਤ ਲੱਗੇ ਹੁੰਦੇ ਨੇ ਮੈਨੂੰ ਯਾਦ ਆ ਕਿ ਜਿੱਥੇ ਮੈਂ ਪਹਿਲਾਂ ਜੌਬ ਕਰ ਰਿਹਾ ਸੀ ਤੇ ਉੱਥੇ ਜਦੋਂ ਮੈਂ ਗੇਂਦਾ ਲਗਾਏ ਹਾਈਬ੍ਰਿਡਸ ਤਾਂ ਉਹ ਮੈਨੂੰ ਕਹਿੰਦੇ ਸੀ ਵੀ ਇਹ ਛੋਟਾ ਬੱਚਾ ਪੀ ਐਚ ਡੀ ਕਰ ਗਿਆ ਉਹਦਾ ਕਹਿਣ ਦਾ ਮਤਲਬ ਕੀ ਸੀ ਕਿ ਬੂਟਾ ਤਾਂ ਬਹੁਤ ਛੋਟਾ ਹੈ ਏਡੇ ਏਡੇ ਵੱਡੇ ਫੁੱਲ ਸਾਂਭੇ ਹੋਏ ਨੇ ਵੀ ਛੋਟਾ ਜਿਹਾ ਬੱਚਾ PhD ਕਰ ਲਵੇ ਮਤਲਬ ਸਾਈਜ਼ ਛੋਟੇ ਬੂਟੇ ਨੂੰ ਜੋ ਫੁੱਲ ਦਾ ਸਾਈਜ਼ ਸੀ ਕਾਫੀ ਜ਼ਿਆਦਾ ਵੱਡਾ ਹਾਈਬ੍ਰਿਡ ਸੋ ਇੱਕ ਪਾਸੇ ਤਾਂ ਉਹ ਬਿਊਟੀ ਹੈ ਗੇਂਦੇ ਦੀ ਦੂਜੀ ਪਾਸੇ ਜਦੋਂ ਅਸੀਂ ਕਮਰਸ਼ੀਅਲੀ ਗੱਲ ਕਰਦੇ ਆ ਤਾਂ ਜਿੰਨੇ ਵਿਆਹ ਸ਼ਾਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਹੈਗਿਆ ਗੇਂਦੇ ਨੂੰ ਡੈਕੋਰੇਸ਼ਨ ਲਈ ਵਰਤੇ ਜਾਂਦੇ ਨੇ ਅਸੀਂ ਪੰਜਾਬ ਦੀ ਗੱਲ ਕਰ ਲਈਏ ਅਸੀਂ ਭਾਰਤ ਦੀ ਗੱਲ ਕਰ ਲਈਏ ਇੱਕ ਐਸਾ ਦੇਸ਼ ਹੈ ਜਿੱਥੇ ਜਨਮ ਤੋਂ ਲੈ ਕੇ ਮਰਨ ਤੱਕ ਗਿੰਦਾ ਜੁੜਿਆ ਹੋਇਆ ਹੈ ਬਿਲਕੁਲ ਔਰ ਇਸ ਗਿੰਦੇ ਤੋਂ ਨਾ ਸਿਰਫ ਅਸੀਂ ਜਿਹੜਾ ਹੈਗਾ ਹੈ ਡੈਕੋਰੇਸ਼ਨ ਉਲਈ ਵਰਤਦੇ ਆ ਬਲਕਿ ਕਈ ਤਰ੍ਹਾਂ ਦੀ ਜਿਹੜੀ ਪੋਲਟਰੀ ਫੀਡ ਹੈ ਉਹਦੇ ਵਿੱਚ ਵੀ ਇਹਨੂੰ ਯੂਜ਼ ਕੀਤਾ ਜਾ ਰਿਹਾ ਹੈ ਆਂਡੇ ਦੇ ਵਿੱਚ ਯੋਕ ਬਣਦਾ ਹੈ ਜਿਹੜਾ ਪੀਲੇ ਰੰਗ ਦਾ ਹੁੰਦਾ ਹੈ ਉਹ ਜਿੰਨਾ ਜ਼ਿਆਦਾ ਪੀਲਾ ਹੁੰਦਾ ਉਹਨਾਂ ਉਹਦੀ ਕੀਮਤ ਜ਼ਿਆਦਾ ਮਿਲਦੀ ਹੈ ਸੋ ਨੂੰ ਪੀਲਾ ਕਰਨ ਲਈ ਵੀ ਗੇਂਦੇ ਦੇ ਜਿਹੜੇ ਪਿਗਮੈਂਟਸ ਨੇ ਉਹਨਾਂ ਨੂੰ ਵਰਤਿਆ ਜਾਂਦਾ ਹੈ ਫੀਡ ਚ ਪਾਇਆ ਜਾਂਦਾ ਹੈ ਸੋ ਇੰਨਾ ਇਹਦੀ ਮਹੱਤਤਾ ਹੋਣ ਦੇ ਬਾਵਜੂਦ ਗੇਂਦੇ ਦਾ ਜਿਹੜਾ ਕਲਟੀਵੇਸ਼ਨ ਹੈ ਉਹ ਪੰਜਾਬ ਦੇ ਵਿੱਚ ਬਹੁਤ ਘੱਟ ਹੈ ਉਹਦਾ ਕਾਰਨ ਕੀ ਹੈ ਕਿ ਇਹਨੂੰ ਉਤਸ਼ਾਹਿਤ ਨਹੀਂ ਕੀਤਾ ਗਿਆ ਸਰ ਇਹੀ ਇਹੀ ਸਵਾਲ ਸੀ ਕਿ ਉਤਸ਼ਾਹਿਤ ਨਹੀਂ ਕੀਤਾ ਗਿਆ ਆਖਰ ਕਾਰਨ ਕੀ ਹੈ ਕਿ ਐਟਮੋਸਫੀਅਰ ਜਿਹੜਾ ਪੰਜਾਬ ਦਾ ਹੈਗਾ ਜਾਂ ਧਰਤੀ ਹੈਗੀ ਉਹ ਗੇਂਦੇ ਦੀ ਖੇਤੀ ਦੇ ਅਨੁਕੂਲ ਨਹੀਂ ਹੈਗੀ ਜਾਂ ਇੰਨੇ ਫਾਇਦੇ ਜੋ ਤੁਸੀਂ ਦੱਸ ਰਹੇ ਹੋ ਜਾਣਕਾਰੀ ਦੀ ਘਾਟ ਹੋਣਾ ਵੀ ਇੱਕ ਬਹੁਤ ਵੱਡਾ ਰੀਜ਼ਨ ਜਿਹੜਾ ਹੈ ਇਹ ਗਿੰਦੇ ਦੀ ਖੇਤੀ ਪੰਜਾਬ ਦੇ ਵਿੱਚ ਪ੍ਰਫੁੱਲਤ ਹੋਣ ਦਾ ਨਹੀਂ ਜਿੱਤੇ ਤੱਕ ਪੰਜਾਬ 'ਚ ਗਿੰਦੇ ਦੀ ਕਾਸ਼ਤ ਦੀ ਗੱਲ ਹੈ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਸਾਰਾ ਸਾਲ ਅਸੀਂ ਗਿੰਦੇ ਦੀ ਕਾਸ਼ਤ ਕਰ ਸਕਦੇ ਹਾਂ ਔਰ ਦੂਜੀ ਚੀਜ਼ ਜਦੋਂ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਤਾਂ ਤੁਹਾਡੇ ਲਈ ਹੈਰਾਨੀ ਦੀ ਗੱਲ ਹੋਏਗੀ ਕਿ ਗਿੰਦਾ ਜਿਹੜਾ ਹੈ ਕਲਕੱਤਾ ਤੋਂ ਵੀ ਪੰਜਾਬ ਆਂਦਾ ਹੈ ਉਹ ਕਾਰਨ ਉਹ ਹੀ ਹੈ ਕਿ ਲੋਕਾਂ ਨੂੰ ਇਹਦੇ ਲਈ ਜਾਗਰੂਕ ਕਰਨਾ ਜ਼ਰੂਰੀ ਹੈ ਜਿਹੜਾ ਨਹੀਂ ਕੀਤਾ ਗਿਆ ਮੈਂ ਕਹਿੰਦਾ ਕਿ ਗੇਂਦਾ ਤੁਸੀਂ ਪੂਰੇ ਦਾ ਪੂਰਾ ਖੇਤਾਂ 'ਚ ਲਾ ਲਓ ਜੋ ਤੁਸੀਂ ਫਸਲ ਲਾਣੇ ਆ ਲਾਓ ਆਪਣੀ ਸਿਰਫ ਅਗਰ ਅਸੀਂ ਬਾਉਂਡਰੀ ਤੇ ਹੀ ਗੇਂਦਾ ਲਾ ਦਈਏ ਜਿਹੜੀ ਸਾਡੀ ਵੇਸਟ ਇਸਦੀ ਬੱਟ ਸੀ ਉਹਦੇ ਤੋਂ ਹੀ ਅਸੀਂ ਕਿੰਨਾ ਪੈਸਾ ਕਮਾ ਸਕਦੇ ਹਾਂ ਔਰ ਉਹਦੇ ਵਿੱਚ ਜਿਹੜੇ ਸਪੈਸ਼ਲੀ ਅਗਰ ਅਸੀਂ ਦੇਖਦੇ ਆ ਤਾਂ ਗੇਂਦੇ ਦੇ ਵਿੱਚ ਕੁਝ ਵੈਰਾਈਟੀਆਂ ਨੇ ਜਿਨ੍ਹਾਂ ਨੂੰ ਅਸੀਂ ਲਗਾਈਏ ਤਾਂ ਕਾਫੀ ਅੱਛਾ ਪੈਸਾ ਮਿਲਦਾ ਹੈ ਆ ਬੈਂਕ ਬੰਗਲਾਦੇਸ਼ ਹੋ ਗਿਆ ਜਾਂ ਬੰਗਾਲ ਹੋ ਗਿਆ ਜਾਂ ਕਲਕੱਤਾ ਹੋ ਗਿਆ ਇਸ ਸਾਈਡ ਦੇ ਵਿੱਚ ਅਗਰ ਅਸੀਂ ਦੇਖਦੇ ਆ ਤਾਂ ਇੱਕ ਵੈਰਾਈਟੀ ਆਂਦੀ ਹੈ ਲੱਡੂ ਗਿੰਦਾ ਹੂੰ ਸੋ ਲੱਡੂ ਗਿੰਦਾ ਇਹਨੂੰ ਇਸ ਕਰਕੇ ਕਿਹਾ ਜਾਂਦਾ ਹੈ ਇੱਕ ਤਾਂ ਇਹ ਬਣਤਰ ਲੱਡੂ ਵਾਂਗੂ ਹੈ ਦੂਜੀ ਚੀਜ਼ ਕੀ ਹੈ ਕਿ ਇਹਦਾ ਸਾਈਜ਼ ਆਲਮੋਸਟ ਹਰੇਕ ਫੁੱਲ ਦਾ ਸੇਮ ਹੁੰਦਾ ਜਿੱਦ ਕਰਕੇ ਜਦੋਂ ਮਾਲਾ ਬਣਦੀ ਹੈ ਤਾਂ ਉਹ ਬਹੁਤ ਸੋਹਣੀ ਬਣਦੀ ਹੈ ਸੋ ਇਸ ਕਰਕੇ ਇਹਦੀ ਡਿਮਾਂਡ ਬਹੁਤ ਰਹਿੰਦੀ ਹੈ ਇਸੇ ਤਰ੍ਹਾਂ ਜਿਹੜੀਆਂ ਸਾਡੇ ਨਾਰਥ ਇੰਡੀਆ ਲਈ ਕਾਫੀ ਵਧੀਆ ਵੈਰਾਈਟੀਆਂ ਨੇ ਜਿਨ੍ਹਾਂ ਨੂੰ ਅਸੀਂ ਕਮਰਸ਼ੀਅਲੀ ਯੂਜ਼ ਕਰਦੇ ਆ ਉਹਦੇ ਵਿੱਚ ਪੂਸਾ ਨਰੰਗੀ ਗਿੰਦਾ ਹੈ ਪੂਸਾ ਬਸੰਤੀ ਗਿੰਦਾ ਹੈ ਸੋ ਇੱਥੇ ਵੀ ਦੋ ਚੀਜ਼ਾਂ ਸਮਝਣ ਦੀ ਲੋੜ ਹੈ ਕਿ ਜਿੱਦਾਂ ਅਸੀਂ ਨਾਰਥ ਇੰਡੀਆ ਦੀ ਗੱਲ ਕਰਦੇ ਆ ਤਾਂ ਇੱਥੇ ਜਿਹੜਾ ਸੰਤਰੀ ਰੰਗ ਹੈ ਗਿੰਦੇ ਦਾ ਉਹ ਵਧੀਆ ਮੰਨਿਆ ਜਾਂਦਾ ਪ੍ਰੇਫਰ ਕੀਤਾ ਜਾਂਦਾ ਬਟ ਜਦੋਂ ਅਸੀਂ ਸਾਊਥ ਇੰਡੀਆ ਦੀ ਗੱਲ ਕਰਦੇ ਆ ਤਾਂ ਉੱਥੇ ਜਿਹੜਾ ਹੈਗਾ ਪੀਲਾ ਰੰਗ ਉਹਨੂੰ ਪ੍ਰੇਫਰ ਕੀਤਾ ਜਾਂਦਾ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਗਿੰਦੇ ਦੀ ਕਾਸ਼ਤ ਕੀਤੀ ਜਾਂਦੀ ਹੈ ਸਪੈਸ਼ਲੀ ਜੇ ਅਸੀਂ ਪੰਜਾਬ ਲਈ ਰეკਮੈਂਡ ਕਰਦੇ ਆ ਤਾਂ ਉਹ ਵੈਰਾਈਟੀਆਂ ਰეკਮੈਂਡ ਕਰਦੇ ਆ ਜਿਨ੍ਹਾਂ ਦਾ ਸੰਤਰੀ ਰੰਗ ਹੈ ਕਿਉਂਕਿ ਪੀਲਾ ਰੰਗ ਜ਼ਿਆਦਾ ਪ੍ਰੇਫਰ ਨਹੀਂ ਕੀਤਾ ਜਾਂਦਾ ਹੁਣ ਅਗਰ ਅਸੀਂ ਦੇਖਦੇ ਆ ਤਾਂ ਇਹ ਤਾਂ ਹੋ ਗਈ ਵੱਡੇ ਗੇਂਦੇ ਦੀ ਗੱਲ ਅਫਰੀਕਨ ਗੇਂਦੇ ਦੀ ਅਗਰ ਅਸੀਂ ਛੋਟੇ ਗੇਂਦੇ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਜਾਫਰੀ ਵੈਰਾਈਟੀਆਂ ਜਿਹੜੀਆਂ ਆਗੀਆਂ ਨੇ ਲਾਲ ਜਾਫਰੀ ਵੀ ਹੈ ਜੇ ਅਸੀਂ ਗੱਲ ਕਰੀਏ ਪੀਲੀ ਵੀ ਹੈ ਸੰਤਰੀ ਵੀ ਹੈ ਸੋ ਇਹ ਜ਼ਿਆਦਾਤਰ ਜਿਹੜਾ ਹੈਗਾ ਕਮਰਸ਼ੀਅਲੀ ਵਿਕਦੀਆਂ ਨੇ ਇਹ ਜਿਹੜੀਆਂ ਤੁਸੀਂ ਵੈਰਾਈਟੀਆਂ ਹਲੇ ਤੱਕ ਗੱਲ ਕੀਤੀਆਂ ਨੇ ਕੀ ਇਹ ਪੰਜਾਬ ਦੇ ਵਿੱਚ ਕਾਮਯਾਬ ਹੋ ਸਕਦੀਆਂ ਨੇ ਜੇਕਰ ਲਗਾਈਆਂ ਜਾਣ ਪੰਜਾਬ ਦੇ ਵਿੱਚ ਬਿਲਕੁਲ ਅਸੀਂ ਇਹ ਵੈਰਾਈਟੀਆਂ ਟੈਸਟ ਵੀ ਕੀਤੀਆਂ ਨੇ ਤੇ ਜ਼ਿਆਦਾਤਰ ਤੁਸੀਂ ਦੇਖੋਗੇ ਕਿ ਜਿਹੜੇ ਸਾਡੇ ਹਾਰਟੀਕਲਚਰ ਡਿਪਾਰਟਮੈਂਟ ਦੇ ਦਫਤਰ ਨੇ ਉਹਨਾਂ ਵਿੱਚ ਇਹਨਾਂ ਦਾ ਬੀਜ ਵੀ ਮਿਲ ਜਾਂਦਾ ਹੈ ਸਪੈਸ਼ਲੀ ਜਾਫਰੀ ਦਾ ਮਿਲਦਾ ਜਿਹੜੇ ਵੱਡਾ ਗਿੰਦਾ ਕਿਹਾ ਮੈਂ ਪੂਸਾ ਨਰੰਗੀ ਤੇ ਪੂਸਾ ਬਸੰਤੀ ਗਿੰਦਾ ਇਹ ਨਹੀਂ ਮਿਲਦੇ ਇਸ ਤੋਂ ਬਿਨਾ ਜਿਹੜਾ ਹੈਗਾ ਪੰਜਾਬ ਨੰਬਰ 1 ਵੈਰਾਈਟੀ ਜਿਹੜੀ ਹੈ ਲੁਧਿਆਣਾ ਯੂਨੀਵਰਸਿਟੀ ਵੱਲੋਂ ਰਿਲੀਜ਼ ਕੀਤੀ ਗਈ ਹੈ ਉਹਦੀ ਵੀ ਪ੍ਰੋਡਕਸ਼ਨ ਜਿਹੜੀ ਹੈ ਕਾਫੀ ਵਧੀਆ ਹੈ ਸੋ ਇਹ ਗਿੰਦੇ ਜਿਹੜੇ ਨੇ ਇਹਨਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਇੱਕ ਹੋਰ ਗੱਲ ਜੇ ਕਹਾਂ ਤਾਂ ਕਈ ਤਰ੍ਹਾਂ ਦੀਆਂ ਫਸਲਾਂ ਸਪੈਸ਼ਲੀ ਜੇ ਅਸੀਂ ਸੋਲਨੇਸੀ ਫੈਮਿਲੀ ਦੇ ਜਿਹੜੀਆਂ ਵੈਜੀਟੇਬਲਸ ਨੇ ਸਬਜ਼ੀਆਂ ਦੀ ਗੱਲ ਕਰਦੇ ਹਾਂ ਜਿਵੇਂ ਟਮਾਟਰ ਹੋ ਗਿਆ ਜਿਵੇਂ ਬੈਂਗਣ ਹੋ ਗਏ ਜਿਵੇਂ ਮਿਰਚਾਂ ਹੋ ਗਈਆਂ ਸੋ ਜਦੋਂ ਅਸੀਂ ਉਹਨੂੰ ਪੱਟ ਕੇ ਦੇਖਾਂਗੇ ਤਾਂ ਉਹਨਾਂ ਦੇ ਜੜਾਂ ਦੇ ਉੱਤੇ ਨੋਡਿਊਲ ਬਣੇ ਹੋਣਗੇ ਮਤਲਬ ਗੋਲ ਗੋਲ ਰਿੰਗ ਬਣੇ ਹੋਣਗੇ ਸੋ ਦਾ ਮਤਲਬ ਕੀ ਹੈ ਕਿ ਇਹਦੇ ਉੱਤੇ ਨਿਮਟੋਡਾ ਨਾ ਇਨਫੈਕਸ਼ਨ ਕੀਤੀ ਹੈ ਹੁਣ ਨਿਮਟੋਡ ਕੀ ਹੈ ਇੱਕ ਛੋਟਾ ਜਿਹਾ ਸੂਖਸ਼ਮ ਜੀਵ ਹੈ ਜਿਹੜਾ ਉਹਦੇ ਵਿੱਚੋਂ ਰਸ ਚੂਸਦਾ ਜੜਾਂ ਚੋਂ ਤੇ ਉਹਦੀ ਪ੍ਰੋਡਕਸ਼ਨ ਨੂੰ ਘਟਾਉਂਦਾ ਹੈ ਸੋ ਇਹਦੇ ਵਿੱਚ ਵਧੀਆ ਗੱਲ ਇਹ ਹੈ ਕਿ ਜੇ ਅਸੀਂ ਗੇਂਦਾ ਲਾ ਦਿੰਨੇ ਆ ਤਾਂ ਉਹ ਉਸ ਨੂੰ ਖੇਤਾਂ ਦੇ ਵਿੱਚ ਵੜਨ ਨਹੀਂ ਦਿੰਦਾ। ਸੋ ਜੇ ਉਹ ਖੇਤਾਂ 'ਚ ਨਹੀਂ ਵੜ ਰਿਹਾ ਤਾਂ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈ ਸਬਜ਼ੀ ਦੀ ਉਹ ਵੀ ਵੱਧ ਰਹੀ ਹੈ। ਸੋ ਦੇਖੋ ਇੱਕ ਪਾਸੇ ਪੁੰਨ ਤੇ ਦੂਜੀਆਂ ਫਲੀਆਂ ਸਾਨੂੰ ਗੇਂਦਾ ਵੀ ਸਬਜ਼ੀਆਂ ਨੂੰ ਵੀ ਇੱਕ ਤਰ੍ਹਾਂ ਨਾਲ ਸਿਕਿਉਰਿਟੀ ਜਿਹੜੀ ਆ ਮਿਲ ਰਹੀ ਹੈ। ਸੋ ਦੂਜੀਆਂ ਫਸਲਾਂ ਨੂੰ ਵੀ ਅਸੀਂ ਵੇਚਾ ਰਹੇ ਆ ਕਿ ਗੇਂਦੇ ਨੂੰ ਵੇਚ ਕੇ ਵੀ ਅਸੀਂ ਪੈਸਾ ਕੱਟ ਰਹੇ ਆ। ਤੀਜੀ ਚੀਜ਼ ਮੈਂ ਕਹਿੰਨਾ ਜੇ ਸਸ ਅਸੀਂ ਨਹੀਂ ਵੀ ਵੇਚਦੇ ਤਾਂ ਵੀ ਸਾਡਾ ਖੇਤ ਸੋਹਣਾ ਲੱਗ ਰਿਹਾ। ਸੋ ਇਦੇ ਵਿੱਚ ਅਗਰ ਅਸੀਂ ਦੇਖਦੇ ਹਾਂ ਤਾਂ ਗੇਂਦੇ ਦੀ ਇੱਕ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਕੀ ਹੈ ਕਿ ਗੇਂਦੇ ਲਈ ਜਿਹੜਾ ਹੈਗਾ ਬੀਜ ਉਹ ਕਿੰਨਾ ਚਾਹੀਦਾ ਹੈ ਜਦੋਂ ਇੱਕ ਏਕੜ ਦੀ ਗੱਲ ਕਰਦੇ ਹਾਂ ਤਾਂ ਇਹ ਸਾਰੀਆਂ ਵੈਰਾਈਟੀਆਂ ਦਾ ਡਿਫਰੈਂਟ ਹੈ ਜੇ ਅਸੀਂ ਦੇਖੀਏ ਕਿ ਫ੍ਰੈਂਚ ਮੈਰੀਗੋਲਡ ਹੈ ਜਿਹੜਾ ਛੋਟੀ ਗੇਂਦੀ ਹੈ ਉਹਦੇ ਲਈ ਆਲਮੋਸਟ ਡੇਢ ਤੋਂ 2 ਕਿਲੋ ਲੱਗਦਾ ਹੈ 1 ਏਕੜ ਦੇ ਲਈ 1 ਏਕੜ ਦੇ ਲਈ ਸੋ ਉਸ ਤੋਂ ਬਾਅਦ ਅਗਰ ਅਸੀਂ ਦੇਖਦੇ ਹਾਂ ਕਿ ਜਿਹੜਾ ਅਫਰੀਕਨ ਮੈਰੀਗੋਲਡ ਹੈ ਵੱਡਾ ਗੇਂਦਾ ਹੈ ਉਹਦੇ ਵਿੱਚ ਆਲਮੋਸਟ 2.5 ਤੋਂ 3 ਕਿਲੋ ਜਿਹੜਾ ਹੈਗਾ ਬੀਜ ਲੱਗਦਾ ਹੈ ਹੁਣ ਇੱਥੇ ਇੱਕ ਸਮਝਣ ਵਾਲੀ ਗੱਲ ਹੋਰ ਵੀ ਹੈ ਕਿ 1 ਗ੍ਰਾਮ ਦੇ ਵਿੱਚ ਆਲਮੋਸਟ 300 ਬੀਜ ਹੁੰਦਾ ਹੈ। ਅੱਛਾ ਜੀ। ਸੋ ਦੇਖੋ ਕਿੰਨੀ ਪਨੀਰੀ ਤਿਆਰ ਹੋ ਰਹੀ। ਹੁਣ ਦੂਜੀ ਚੀਜ਼ ਕਰ ਲਈਏ ਨਾ ਸਿਰਫ ਗੇਂਦਾ ਜਿਹੜਾ ਹੈਗਾ ਉਹ ਡਿਮਾਂਡ ਦੇ ਵਿੱਚ ਹੈ ਕਿ ਤੁਸੀਂ ਉਹਦੇ ਫੁੱਲ ਵਿੱਚੋਂ ਬਲਕਿ ਉਹਦੇ ਪੌਦੇ ਵੀ ਤੁਸੀਂ ਅਗਰ ਨਰਸਰੀ ਤੇ ਜਾਓ ਬੜੇ ਵਧੀਆ ਸੇਲ ਹੋ ਰਹੇ ਨੇ। ਸਰ ਕਿੰਨੇ ਤਰ੍ਹਾਂ ਦੀ ਵੈਰਾਈਟੀਆਂ ਇੰਡੀਆ ਦੇ ਵਿੱਚ ਜੇਕਰ ਗੱਲ ਕਰੀਏ ਪੰਜਾਬ ਤੋਂ ਬਾਹਰ ਜਾ ਕੇ ਗੱਲ ਕਰੀਏ ਕਿੰਨੇ ਤਰ੍ਹਾਂ ਦੀਆਂ ਵੈਰਾਈਟੀਆਂ ਮੁੱਖ ਤੌਰ ਤੇ ਇੰਡੀਆ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਗੇਂਦੇ ਦੀਆਂ? ਇਦੇ ਵਿੱਚ ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਦੱਸਣਾ ਚਾਹੂੰਗਾ ਕਿ ਲਾਸਟ ਸਾਲ ਮੈਂ ਗੇਂਦੀ ਦੇ ਉੱਤੇ ਆਪਣੇ ਸਟੂਡੈਂਟ ਨੂੰ ਕੰਮ ਕਰਵਾਇਆ। ਕਿਤਾਬਾਂ ਦੇ ਵਿੱਚ ਬਹੁਤ ਨਾਮ ਪੜੇ ਕਿ ਆਹ ਵੈਰਾਈਟੀ ਆਹ ਵੈਰਾਈਟੀ ਆਹ ਵੈਰਾਈਟੀ ਵੱਡੇ ਵੱਡੇ ਇੰਸਟੀਚੂਟਸ ਤੱਕ ਮੈਂ ਫੋਨ ਕਰਕੇ ਦੇਖ ਲਏ ਉਹ ਵੈਰਾਈਟੀਆਂ ਨਹੀਂ ਮਿਲੀਆਂ। ਅੱਛਾ ਜੀ ਜਿਹੜੇ ਕਹਿੰਦੇ ਕਹਾਂਦੇ ਇੰਸਟੀਚੂਟ ਨੇ ਉਹਨਾਂ ਤੋਂ ਵੀ ਉਹ ਵੈਰਾਈਟੀਆਂ ਨਹੀਂ ਮਿਲੀਆਂ। ਬੁੱਕਸ ਦੇ ਵਿੱਚ ਜਿਨ੍ਹਾਂ ਦੇ ਨਾਮ ਵੀ ਦਰਜ ਆਮ ਮਿਲਦੇ ਨੇ। ਔਰ ਉਹ ਜਿਹੜੇ ਐਗਰੀਕਲਚਰ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਬੁੱਕਸ ਪੜ੍ਹਾਉਂਦੇ ਆ ਉਹ ਵੈਰਾਈਟੀਆਂ ਹੀ ਅਵੇਲੇਬਲ ਨਹੀਂ ਹੁੰਦੀਆਂ। ਦੂਜੀ ਚੀਜ਼ ਅਗਰ ਅਸੀਂ ਗੱਲ ਕਰੀਏ ਕਿ ਇਹ ਵੈਰਾਈਟੀਆਂ ਫਿਰ ਜਾਫਰੀ ਤਾਂ इजीली ਮਿਲ ਜਾਂਦੀ ਹੈ। ਪੂਸੀ ਗੱਲ ਕਰ ਰਹੇ ਸੀ ਆ আফ্রিকਨ ਗਿੰਦੇ ਦੀ। ਜੀ। ਉਹਦੇ ਵਿੱਚ ਵੈਰਾਈਟੀਆਂ ਆ ਜਾਂਦੀਆਂ ਪੂਸਾ ਨਰੰਗੀ, ਪੂਸਾ ਬਸੰਦੀ ਗਿੰਦਾ। ਸੋ ਇਹਨਾਂ ਦਾ ਫੁੱਲ ਕਾਫੀ ਵੱਡਾ ਹੈ, ਮਾਲਾ ਵੀ ਸੋਹਣੀ ਬਣਦੀ ਹੈ, ਹੈਵੀ ਮਾਲਾ ਬਣਦੀ ਹੈ। ਉਹ ਜਿਹੜੀ ਸਾਰੀਆਂ ਗੱਲਾਂ ਅਸੀਂ ਕੀਤੀਆਂ ਇਹਦੇ ਵਿੱਚ ਇਸ ਸਾਲ ਫਿਰ ਜਦੋਂ ਅਸੀਂ ਅਫਰੀਕਨ ਮੈਰੀਗੋਲਡ ਤੇ ਗੱਲ ਕਰਨੀ ਸ਼ੁਰੂ ਕੀਤੀ ਜਾਂ ਬੂਟੇ ਲੱਭਣੇ ਸ਼ੁਰੂ ਕੀਤੇ ਜਾਂ ਵੈਰਾਈਟੀਆਂ ਲੱਭਣੀਆਂ ਸ਼ੁਰੂ ਕੀਤੀਆਂ ਤਾਂ ਇਸ ਸਾਲ ਅਸੀਂ ਜਿਹੜੀਆਂ ਹੈਗੀਆਂ 10 ਵੈਰਾਈਟੀਆਂ ਜਿਹੜੀਆਂ ਇਹਦੇਆਂ ਅਲੱਗ-ਅਲੱਗ ਕੱਠੀਆਂ ਕੀਤੀਆਂ ਨੇ ਸੋ ਇਸ ਸਾਲ ਇਹਦਾ ਅਸੀਂ ਰਿਸਪੌਂਸ ਦੇਖ ਰਹੇ ਹਾਂ ਕਿ ਮਤਲਬ ਫਤੇਗੜ ਕੰਡੀਸ਼ਨ ਦੇ ਵਿੱਚ ਕਿਹੜੀ ਵੈਰਾਈਟੀ ਜਿਹੜੀ ਆ ਉਹ ਜ਼ਿਆਦਾ ਫੁੱਲ ਦਿੰਦੀ ਹੈ ਤੇ ਮਾਰਕੀਟ ਦੇ ਵਿੱਚ ਕਿਹਦੀ ਜ਼ਿਆਦਾ ਅਕਸੈਪਟੇਬਿਲਟੀ ਹੈ ਸੋ ਦੈਟ ਆਫ ਫਾਰਮਰਸ ਨੂੰ ਉਹ ਚੀਜ਼ਾਂ ਅਸੀਂ ਰეკਮੈਂਡ ਕਰ ਸਕੀਏ ਘਰ ਚੱਕਰ ਇਹੀ ਹੈ ਕਿ ਸਾਡਾ ਜਿਹੜਾ ਫਲੋਰੀ ਕਲਚਰ ਦਾ ਕਨਸੈਪਟ ਹੈ ਜਾਂ ਫਲੋਰੀ ਕਲਚਰ ਜਿਹੜੀ ਇੰਡਸਟਰੀ ਹੈ ਉਹ ਸਾਰੀ ਪ੍ਰਾਈਵੇਟਕੀ ਹੋਈ ਹੈ ਗਵਰਨਮੈਂਟ ਸੈਕਟਰ ਦਾ ਕੋਈ ਜ਼ਿਆਦਾ ਸਹਿਯੋਗ ਨਹੀਂ ਹੈ ਅਗਰ ਮੈਂ ਗੱਲ ਕਰਦਾ ਕੇਵੀ ਕੇਸ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਤਾਂ ਯੂਨੀਵਰਸਿਟੀ ਚ ਇੱਕ ਵਾਰ ਅਸੀਂ ਚੈੱਕ ਹੀ ਕਰ ਲਈਏ ਤਾਂ ਤੁਹਾਨੂੰ ਫਲੋਰੀ ਕਲਚਰ ਦੀਆਂ ਜ਼ਿਆਦਾ ਪੋਸਟਾਂ ਹੀ ਨਹੀਂ ਮਿਲਣਗੀਆਂ ਤਾਨੂੰ ਕੇ ਵੀ ਕੇਸ ਚ ਫਲੋਰੀ ਕਲਚਰ ਦੀਆਂ ਪੋਸਟਾਂ ਹੀ ਨਹੀਂ ਮਿਲਣਗੀਆਂ ਵੀ ਕਿਤੇ ਨਾ ਕਿਤੇ ਪਛੜਨ ਦਾ ਜਿਹੜਾ ਮੁੱਖ ਕਾਰਨ ਹੈ ਕਿ ਜਦੋਂ ਪੋਸਟਾਂ ਹੀ ਹੈ ਨਹੀਂ ਤਾਂ ਫਿਰ ਅੱਗੇ ਪਰਫੁੱਲ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜਦੋਂ ਅਸੀਂ ਦੇਖੀਏ ਤਾਂ ਮਾਰਕੀਟ ਸਾਡੇ ਨੇੜੇ ਆ ਦਿੱਲੀ ਮਾਰਕੀਟ ਕੋਈ ਜ਼ਿਆਦਾ ਦੂਰ ਨਹੀਂ ਹੈ ਉਤਸ਼ਾਹਿਤ ਕਰਨ ਦੇ ਕਈ ਤਰੀਕੇ ਨੇ ਜਿਵੇਂ ਹਿਮਾਚਲ ਗਵਰਨਮੈਂਟ ਦੀ ਮੈਂ ਇੱਕ ਐਗਜ਼ਾਮਪਲ ਦਵਾ ਤਾਂ ਉਹ ਕੀ ਕਰਦੇ ਨੇ ਉਹਨਾਂ ਨੇ ਬੱਸਾਂ ਨੂੰ ਕਿਹਾ ਹੋਇਆ ਕਿ ਜਿੱਥੇ ਕੋਈ ਵੀ ਕਿਸਾਨ ਆਪਣੀ ਫਸਲ ਲੈ ਕੇ ਬੈਠਾ ਹੈ ਫੁੱਲ ਲੈ ਕੇ ਬੈਠਾ ਹੈ ਉੱਥੇ ਬੱਸ ਰੁਕਣੀ ਹੈ ਸੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਬੱਸ ਦੇ ਵਿੱਚ ਉਹ ਫੁੱਲ ਜਿਹੜੇ ਨੇ ਪਿੱਛੇ ਡਿੱਗੀ 'ਚ ਭਰ ਦਿੰਦੇ ਨੇ ਤੇ ਦਿੱਲੀ ਮਾਰਕੀਟ ਜਦੋਂ ਬੱਸ ਪਹੁੰਚਦੀ ਹੈ ਤਾਂ ਮਾਰਕੀਟ ਵਾਲੇ ਉਹ ਚੋ ਲਾ ਲੈਂਦੇ ਨੇ ਆਨਲਾਈਨ ਟ੍ਰਾਂਜੈਕਸ਼ਨ ਹੋ ਜਾਂਦੀ ਹੈ ਸਾਰੇ ਪੈਸੇ ਉਹਨਾਂ ਨੂੰ ਮਿਲ ਜਾਂਦੇ ਨੇ ਅੱਛਾ ਜੀ ਸੋ ਸੌਖਾ ਸਿਸਟਮ ਹੈ ਗਵਰਨਮੈਂਟ ਨੇ ਬੜੀ ਵਧੀਆ ਫੈਸਿਲਿਟੀ ਦਿੱਤੀ ਜੇ ਇਹੀ ਫੈਸਿਲਿਟੀ ਸਾਡੇ ਪੰਜਾਬ ਦੇ ਫਾਰਮਰਸ ਨੂੰ ਮਿਲਣ ਲੱਗ ਜਾਏ ਕਿ ਸਪੋਸ ਚੰਡੀਗੜ੍ਹ ਹੀ ਜਾ ਰਹੇ ਮੈਂ ਤਾਂ ਕਹਿੰਦਾ ਸਾਨੂੰ ਦਿੱਲੀ ਤੱਕ ਜਾਣ ਦੀ ਵੀ ਲੋੜ ਨਹੀਂ ਚੰਡੀਗੜ੍ਹ ਮਾਰਕੀਟ 'ਚ ਸਾਡਾ ਸਾਰਾ ਕੁਝ ਜਾ ਸਕਦਾ ਸੋ ਉੱਥੇ ਕਿੰਨਾ ਸੌਖਾ ਹੋ ਸਕਦਾ ਹੈ ਫਤੇਗੜ ਸਾਹਿਬ ਦੇ ਨੇੜੇ ਅਗਰ ਅਸੀਂ ਗੱਲ ਕਰ ਲਈਏ ਤਾਂ ਪਟਿਆਲੇ ਦੇ ਵਿੱਚ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਹੀ ਤੁਸੀਂ ਗੱਲ ਕਰ ਲਓ ਕਿੰਨੇ ਆ ਫੁੱਲਾਂ ਦੀਆਂ ਦੁਕਾਨਾਂ ਨਹੀਂ ਸੋ ਉੱਥੇ ਫੁੱਲਾਂ ਦੀ ਰਿਕੁਆਇਰਮੈਂਟ ਲੋਕਲ ਕਿਸਾਨ ਪੂਰੇ ਕਰ ਸਕਦੇ ਨੇ ਸੋ ਡਿਮਾਂਡ ਹੈ ਹੁਣ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਕਿ ਇਹਨੂੰ ਪੂਰਾ ਕਿੱਦਾਂ ਕਰਨਾ ਕੀ ਕਦਮ ਚੱਕਣੇ ਪੈਣਗੇ ਜੇਕਰ ਮਤਲਬ ਡਿਮਾਂਡ ਇਹਨਾਂ ਨੂੰ ਪਰਫੋਲਡ ਕਰਨਾ ਤਾਂ ਕਦਮ ਸਹੀ ਚੱਕਣ ਦੀ ਲੋੜ ਆ ਭਵਿੱਖ ਜਿਹੜਾ ਉਜਵਲ ਹੈਗਾ ਇਸਕਾ ਬਿਲਕੁਲ ਬਿਲਕੁਲ ਦੋ ਤਿੰਨ ਗੱਲਾਂ ਮੈਂ ਹੋਰ ਗਿੰਦੇ ਬਾਰੇ ਕਰਨਾ ਚਾਹੁੰਦਾ ਸੀ ਕਿ ਜੇਕਰ ਅਸੀਂ ਗਿੰਦੇ ਨੂੰ ਦੇਖੀਏ ਇਹ ਫੁੱਲ ਇੱਕ ਐਸਾ ਫੁੱਲ ਹੈ ਜਿਹੜਾ ਜਦੋਂ ਫਰੈਸ਼ ਹੈ ਵਿਕ ਗਿਆ ਤਾਂ ਵੀ ਫਾਇਦਾ ਹੈ ਜਦੋਂ ਸੁੱਕ ਗਿਆ ਤਾਂ ਵੀ ਫਾਇਦਾ ਹੈ ਤਾਂ ਵੀ ਫਾਇਦਾ ਬਿਲਕੁਲ ਜਦੋਂ ਸੁੱਕ ਗਿਆ ਤਾਂ ਉਹ ਬੀਜ ਬਣ ਗਿਆ ਸੋ ਅਸੀਂ ਅਗਲੇ ਸਾਲ ਲਈ ਬੀਜ ਤਿਆਰ ਕਰ ਲਿਆ ਜਾਂ ਅਗਲੇ ਸਾਲ ਲਈ ਬੀਜ ਜਿਹੜਾ ਵੇਚਣ ਲਈ ਤਿਆਰ ਕਰ ਲਿਆ ਸੋ ਦੋਨੋਂ ਪਾਸੇ ਸਾਨੂੰ ਫਾਇਦਾ ਹੈ ਦੂਜੇ ਪਾਸੇ ਅਗਰ ਅਸੀਂ ਦੇਖਦੇ ਹਾਂ ਤਾਂ ਗਿੰਦੇ ਦੀ ਮਾਰਕੀਟ ਜਿਹੜੀ ਆ ਫਲਕਚੂਏਟ ਹੁੰਦੀ ਆ ਅਗਰ ਅਸੀਂ ਐਗਜ਼ਾਮਪਲ ਲਈਏ ਤਾਂ ਦੀਵਾਲੀ ਦੇ ਨੇੜੇ ਇਹਦਾ ਰੇਟ 200 ਰੁਪਏ ਤੱਕ ਵੀ ਜਾਂਦਾ ਹੈ ਕਿਲੋ ਹੂੰ ਤੇ ਇੱਕ ਪਾਸੇ 20 ਰੁਪਏ ਵੀ ਕੋਈ ਚੱਕਣ ਨੂੰ ਤਿਆਰ ਨਹੀਂ ਹੁੰਦਾ ਸੋ ਇਹਦੇ ਲਈ ਪਹਿਲਾਂ ਸਮਝਣਾ ਪਏਗਾ ਕਿ ਡਿਮਾਂਡ ਕਦੋਂ ਹੈ ਉਸ ਦੇ ਹਿਸਾਬ ਨਾਲ ਬੂਟੇ ਲਾਂਦੇ ਲੋੜ ਹੁਣ ਇੱਕ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ ਅਗਰ ਅਸੀਂ ਦੇਖੀਏ ਤਾਂ ਫਰਵਰੀ ਦੇ ਵਿੱਚ ਪੰਜਾਬ 'ਚ ਇਲੈਕਸ਼ਨਸ ਆਣੀਆਂ ਸਾਰਿਆਂ ਨੂੰ ਪਤਾ ਹੂੰ ਜਿਸ ਬੰਦੇ ਨੇ ਪਲੈਨਿੰਗ ਕਰਕੇ ਗੇਂਦਾ ਲਾ ਲਿਆ ਕਿ ਮੇਰਾ ਉਸ ਟਾਈਮ ਗੇਂਦਾ ਤਿਆਰ ਹੋ ਜਾਊਗਾ ਸਮਝ ਲਓ ਪੈਸੇ ਕਮਾ ਗਏ ਸਰ ਗਿੰਦਾ ਤਿਆਰ ਹੋ ਜੂਗਾ ਮੈਂ ਇਹ ਹੀ ਅਗਲਾ ਸਵਾਲ ਮੇਰਾ ਸੀ ਕਿ ਕਿੰਨੇ ਟਾਈਮ ਦੇ ਵਿੱਚ ਜਿਹੜਾ ਇੱਕ ਗਿੰਦੇ ਦਾ ਬੂਟਾ ਜਦੋਂ ਆਪਾਂ ਬੀਜਤਾ ਤਿਆਰੀ ਕਰਤੀ ਉਸ ਤੋਂ ਬਾਅਦ ਕਿੰਨੇ ਟਾਈਮ ਦੇ ਵਿੱਚ ਜਿਹੜਾ ਫਸਲ ਦੇਣੀ ਹੈ ਸਟਾਰਟ ਕਰ ਦਿੰਦਾ ਹੈ ਕਿ ਜਿਹੜਾ ਜਿਹੜਾ ਬੀਜ ਦੇ ਹਿਸਾਬ ਨਾਲ ਵੀ ਫਸਲ ਦਾ ਕੁਝ ਟਾਈਮ ਉੱਪਰ-ਨੀਚੇ ਹੁੰਦਾ ਕੁਝ ਦਿਨਾਂ ਦਾ ਫਰਕ ਹੁੰਦਾ ਜਾਂ ਜਿਹੜਾ ਪ੍ਰੋਸੈਸ ਹੈ ਸੇਮ ਹੁੰਦਾ ਹੈ ਟਾਈਮ ਪੀਰੀਅਡ ਜਿਹੜਾ ਸੇਮ ਹੁੰਦਾ ਹੈ ਦੇਖੋ ਇਹਦੇ ਵਿੱਚ ਤੁਹਾਡਾ ਕੁਐਸਚਨ ਬੜਾ ਵਧੀਆ ਹੈ ਕਿ ਆਲਮੋਸਟ 60 ਤੋਂ 80 ਦਿਨਾਂ ਦੇ ਵਿੱਚ ਗਿੰਦਾ ਜਿਹੜਾ ਆ ਉਹ ਵਧੀਆ ਫੁੱਲ ਦੇਣੇ ਸ਼ੁਰੂ ਕਰ ਦਿੰਦਾ ਹੈ ਹੁਣ ਇਹਦੇ ਵਿੱਚ ਇੱਕ ਸਮਝਣ ਦੀ ਗੱਲ ਹੋਰ ਵੀ ਹੈ ਕਿ ਜਦੋਂ ਅਸੀਂ ਇਹ ਬੂਟੇ ਲਾਏ ਤਾਂ ਇਹਦੀ ਟ੍ਰਾਂਸਪਲੈਂਟਿੰਗ ਹੋਣੀ ਹੈ ਪਹਿਲਾਂ ਬੀਜ ਤੋਂ ਤਿਆਰ ਕਰਨਾ ਹੈ ਫਿਰ ਪੱਟ ਕੇ ਦੂਜੀ ਜਗ੍ਹਾ ਲਾਣਾ ਸੋ ਇਹਦੇ ਵਿੱਚ ਡਿਲੇ ਜਿੰਨਾ ਕਰਾਂਗੇ ਉੰਨੀ ਸਾਡੇ ਫਲਾਵਰਿੰਗ ਡਿਲੇ ਹੁੰਦੀ ਰਹੇਗੀ ਦੂਜੀ ਚੀਜ਼ ਇਹਨੂੰ ਡਿਲੇ ਕਰਨ ਲਈ ਸਾਡੇ ਕੋਲ ਪਿੰਚਿੰਗ ਮੈਥਡ ਹੈ ਪਿੰਚਿੰਗ 'ਚ ਕੀ ਹੁੰਦਾ ਹੈ ਤੇ ਅਸੀਂ ਉੱਪਰ ਵਾਲੀ ਜਿਹੜੀ ਟਾਹਣੀਆਂ ਨੇ ਨਵੀਆਂ ਟਾਹਣੀਆਂ ਨੇ ਉਹਨੂੰ ਤੋੜ ਦਿੰਨੇ ਆ ਉਹ ਹੁਣ ਨਵੀਆਂ ਸਾਈਡ ਤੋਂ ਟਾਹਣੀਆਂ ਨਿਕਲਣਗੀਆਂ ਸੋ ਨਵੀਆਂ ਟਾਹਣੀਆਂ ਨਿਕਲਣ ਲਈ ਜਿੰਨਾ ਟਾਈਮ ਲੱਗੇਗਾ ਉੰਨਾ ਫੁੱਲ ਲੇਟ ਹੋ ਜਾਏਗਾ ਐਗਜ਼ਾਮਪਲ ਦਿੰਨਾ ਸਪੋਜ਼ ਮੈਨੂੰ ਜਿਹੜਾ ਗੇਂਦਾ ਹੈ ਮੈ ਲਾਣਾ ਸੀਗਾ ਦੁਸ਼ਹਿਰੇ ਦੇ ਲਈ ਮੈਂ ਸਾਰਾ ਕੁਝ ਤਿਆਰ ਕਰ ਲਿਆ ਮੈਨੂੰ ਵੀ ਪਤਾ ਹੈ ਕਿ ਮੇਰੇ ਫੁੱਲ ਦੁਸ਼ਹਿਰੇ ਤੱਕ ਆ ਜਾਣਗੇ ਬਟ ਮੈਂ ਦੇਖਿਆ ਕਿ ਲੋਕਲ ਮਾਰਕੀਟ ਚ ਤਾਂ ਹੋਰ ਲੋਕਾਂ ਨੇ ਗੇਂਦਾ ਬਹੁਤ ਲਾ ਲਿਆ ਮੇਰਾ ਕਿ ਦੁਸ਼ਹਿਰੇ ਦੇ ਨੇੜੇ ਨਹੀਂ ਵਿਕਣਾ ਸੋ ਮੈਂ ਕੀ ਕਰਾਂਗਾ ਉਹਦੀ ਪਿੰਚਿੰਗ ਕਰ ਦਾਂਗਾ ਉਪਰੋਂ ਟਾਣੀਆਂ ਤੋਲ ਦਾਂਗਾ ਹੁਣ ਨਵੀਆਂ ਟਾਣੀਆਂ ਨਿਕਲਣਗੀਆਂ ਸੋ ਉਹਦੇ ਵਿੱਚ ਕੀ ਹੋਏਗਾ ਡਿਲੇ ਹੋ ਜਾਏਗਾ ਦੀਵਾਲੀ ਨੇੜੇ ਮੇਰਾ ਫੁੱਲ ਜਿਹੜਾ ਹੈ ਉਹ ਆ ਜਾਏਗਾ ਸੋ ਇਸ ਤਰ੍ਹਾਂ ਇਹਨੂੰ ਅਸੀਂ ਸ਼ਡਿਊਲ ਕਰ ਸਕਦੇ ਹਾਂ ਦੂਜਾ ਕੀ ਹੈ ਕਿ ਮੈਨੂੰ ਲੱਗਦਾ ਅੱਧਾ ਦੁਸ਼ਹਿਰੇ ਨੂੰ ਵਿਕ ਜਾਏਗਾ ਅੱਧਾ ਦੀਵਾਲੀ ਨੂੰ ਵਿਕ ਜਾਏਗਾ ਸੋ ਅਧੀਆਂ ਟਾਣੀਆਂ ਪਿੰਚ ਕਰਦਾ ਅਧੀਆਂ ਨਾ ਕਰਾਂ ਸੋ ਉਹਦੇ ਨਾਲ ਦੋ ਟਾਈਮ ਤੇ ਜਿਹੜੀ ਕ੍ਰੌਪ ਹੈ ਮੈਨੂੰ ਮਿਲ ਜੇ ਮਤਲਬ ਜੇਕਰ ਥੋੜਾ ਜਿਹਾ ਸੋਚ ਕੇ ਚੱਲਿਆ ਜਾਵੇ ਤਾਂ ਚੰਗਾ ਪੈਸਾ ਇਸ ਫਸਲ ਤੋਂ ਕਮਾਇਆ ਜਾ ਸਕਦਾ ਜਿਹਦਾ ਪੰਜਾਬ ਦੇ ਵਿੱਚ ਹਾਲ ਦੀ ਘੜੀ ਡਿਮਾਂਡ ਆ ਜਿਹੜੀ ਜਾ ਆਪਾਂ ਨੂੰ ਬਾਹਰ ਤੋਂ ਜਿਹੜਾ ਮੰਗਵਾਉਣਾ ਪੈ ਰਿਹਾ ਪੰਜਾਬ ਦੇ ਵਿੱਚ ਵੀ ਆਪਾਂ ਚੰਗਾ ਪੈਸਾ ਕਮਾ ਰਹੇ ਹਾਂ ਜੇ ਚੰਗੇ ਦਿਮਾਗ ਦੇ ਨਾਲ ਚੱਲਿਆ ਜਾਵੇ ਬਿਲਕੁਲ ਬਿਲਕੁਲ ਤੁਸੀਂ ਦੇਖੋ ਨਾ ਸਿਰਫ ਅਗਰ ਅਸੀਂ ਗੱਲ ਕਰੀਏ ਕਿ ਖੇਤਾਂ ਦੇ ਵਿੱਚ ਬਾਗ ਦੇ ਵਿੱਚ ਅਸੀਂ ਲਗਾ ਸਕਦੇ ਜਿਹੜੇ ਬਾਗ ਲੱਗੇ ਹੋਏ ਨੇ ਉਹਨਾਂ ਦੀ ਬਾਉਂਡਰੀਜ਼ ਤੇ ਲਗਾ ਸਕਦੇ ਹਾਂ ਈਵਨ ਤੁਸੀਂ ਦੇਖੋ ਕਿ ਜਿਹੜਾ ਗਿੰਦਾ ਹੈ ਗਮਲਿਆਂ ਦੇ ਵਿੱਚ ਉਹਦੀ ਬੜੀ ਡਿਮਾਂਡ ਹੈ ਜੇ ਅਸੀਂ ਗਮਲੇ ਹੀ ਤਿਆਰ ਕਰ ਲੈਂਦੇ ਹਾਂ ਗਮਲੇ ਸੇਲ ਕਰ ਸਕਦੇ ਹਾਂ ਸੋ ਗਿੰਦੇ ਦੀ ਹਰੇਕ ਪੱਖ ਤੋਂ ਡਿਮਾਂਡ ਸਿਰਫ ਇਹ ਹੈ ਕਿ ਉਹਨੂੰ ਦੇਖਣ ਦੀ ਲੋੜ ਹੈ ਉਹਨੂੰ ਗਰੋ ਕਰਨ ਦੀ ਲੋੜ ਹੈ ਉਹਦੀ ਟੈਕਨੋਲੋਜੀ ਨੂੰ ਸਮਝਣ ਦੀ ਲੋੜ ਹੈ ਸਰ ਲਾਸਟ ਸਵਾਲ ਆ ਕਿ ਭਵਿੱਖ ਤੁਸੀਂ ਦੱਸਦੇ ਹੋ ਜੁਬਲ ਹੈਗਾ ਪਰ ਫਿਰ ਵੀ ਪਿੱਛੇ ਰਹਿਣ ਦਾ ਕਾਰਨ ਕੁਛ ਹੱਦ ਤੱਕ ਤੁਸੀਂ ਨੇ ਸਮਝਾਏ ਨਹੀਂ ਕਿ ਪਰਫੁੱਲਤ ਕਰਨ ਦੇ ਲਈ ਮੇਨ ਸਟੈਪ ਯੂਨੀਵਰਸਿਟੀਆਂ ਨੂੰ ਜਾਂ ਗਵਰਨਮੈਂਟ ਆਫ ਪੰਜਾਬ ਨੂੰ ਕਿਹੜੇ-ਕਿਹੜੇ ਮੇਨ ਸਟੈਪ ਨੇ ਜਿਹੜੇ ਚੱਕਣੇ ਚਾਹੀਦੇ ਨੇ ਕਿ ਫਾਰਮਰ ਜਿਹੜੇ ਨੇ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਇਸ ਤਰ੍ਹਾਂ ਦੀ ਖੇਤੀ ਦੇ ਵੱਲ ਉਤਸ਼ਾਹਿਤ ਹੋ ਦੇਖੋ ਇੱਕ ਤਾਂ ਚੀਜ਼ ਐ ਕਲੀਅਰ ਹੈ ਕਿ ਸਾਨੂੰ ਪਹਿਲਾਂ ਇਸ ਗਿੱਤ ਖੇਤੀ ਨੂੰ ਪਰਫੁੱਲਿਤ ਕਰਨ ਲਈ ਉਹਨਾਂ ਲੋਕਾਂ ਦੀ ਲੋੜ ਹੈ ਜਿਹੜੇ ਇਸ ਖੇਤੀ ਬਾਰੇ ਜਾਣਦੇ ਹੋਣ ਜਿਹੜੇ ਕਿਸਾਨਾਂ ਨੂੰ ਇਹ ਚੀਜ਼ਾਂ ਸਿਖਾ ਸਕਣ ਸੋ ਅਗਰ ਇਹ ਸਾਇੰਟਿਸਟ ਸਾਡੇ ਫਲੋਰੀ ਕਲਚਰ ਦੇ ਇਹਨੂੰ ਡਿਵੈਲਪ ਕਰਦੇ ਨੇ ਪੂਰੀ ਟੈਕਨੋਲੋਜੀ ਔਰ ਆਲਮੋਸਟ ਟੈਕਨੋਲੋਜੀ ਡਿਵੈਲਪ ਵੀ ਹੈ ਔਰ ਉਸ ਤੋਂ ਬਾਅਦ ਕਿਸਾਨਾਂ ਨੂੰ ਇਹ ਸਿਖਾਣ ਤੋਂ ਬਾਅਦ ਉਹਨਾਂ ਦੇ ਜਿਹੜੇ ਬੀਜ ਹੈ ਉਹ ਉਹਨਾਂ ਨੂੰ ਪ੍ਰੋਵਾਈਡ ਕਰਵਾਏ ਜਾਂਦੇ ਹਨ ਸਭ ਤੋਂ ਵੱਡੀ ਦਿੱਕਤ ਕੀ ਆਂਦੀ ਹੈ ਕਿ ਜਿੱਦਾਂ ਮੈਂ ਹੀ ਤੁਹਾਨੂੰ ਦੱਸਿਆ ਕਿ ਕਿਤਾਬਾਂ 'ਚ ਤਾਂ ਅਸੀਂ ਬਹੁਤ ਵੈਰਾਈਟੀਆਂ ਪੜ ਲਈਆਂ ਪਰ ਜਦੋਂ ਉਹਨੂੰ ਮਾਰਕੀਟ 'ਚ ਲੈਣ ਜਾਂਦੇ ਆ ਜਾਂ ਵਧੀਆ-ਵਧੀਆ ਕੰਪਨੀਆਂ ਤੋਂ ਵੀ ਪੁੱਛਦੇ ਆ ਤਾਂ ਵੀ ਨਹੀਂ ਮਿਲਦੇ ਇੱਕ ਐਗਜ਼ਾਮਪਲ ਦਿੰਦਾ ਕਿ ਕ੍ਰੈਕ ਜੈਕ ਇੱਕ ਵੈਰਾਈਟੀ ਹੈ ਗਿੰਦੇ ਦੀ ਉਹਨੂੰ ਜਦੋਂ ਲੱਭਣ ਗਏ ਆ ਸੀ ਤਾਂ ਸਾਨੂੰ ਕਿੱਥੋਂ ਨਹੀਂ ਮਿਲੀ ਇੱਕ ਕੰਪਨੀ ਤੋਂ ਮਿਲੀ ਉਹ ਵੀ ਮਿਕਸਚਰ ਮਿਲਦਾ ਪਿਓਰ ਨਹੀਂ ਮਿਲਦਾ ਸੋ ਵਧੀਆ ਬੀਜ ਪ੍ਰੋਵਾਈਡ ਹੋਣ ਉਸ ਤੋਂ ਬਾਅਦ ਕਿਸਾਨਾਂ ਨੂੰ ਇੱਕ ਜਿਹੜਾ ਹੈਗਾ ਡੈਮੋਨਸਟ੍ਰੇਸ਼ਨ ਬਲੌਕ ਤਿਆਰ ਕੀਤੇ ਜਾਣ ਉਹਨਾਂ ਦੇ ਵਿਜ਼ਿਟ ਕਰਾਈ ਜਾਣ ਜਦੋਂ ਕਿਸਾਨ ਦੇਖੇਗਾ ਕਿ ਨਹੀਂ ਇਸ ਤਰ੍ਹਾਂ ਫਾਇਦਾ ਹੋ ਸਕਦਾ ਆਪਣੇ ਅੱਖੀਂ ਦੇਖੇਗਾ ਤੇ ਉਹ ਲਾਏਗਾ ਸੋ ਡੈਮੋਨਸਟ੍ਰੇਸ਼ਨ ਬਲੌਕ ਸਪੈਸ਼ਲੀ ਕੇਵੀਕੇਸ ਦੇ ਵਿੱਚ ਲਾਣ ਦੀ ਜ਼ਰੂਰਤ ਹੈ ਅਸੀਂ ਬਿਊਟੀਫਾਈ ਤਾਂ ਕਰਨਾ ਹੀ ਆਪਣੇ ਕੇਵੀਕੇ ਨੂੰ ਨਾਲ ਦੀ ਨਾਲ ਕਿਸਾਨਾਂ ਲਈ ਜਾਗਰੂਕਤਾ ਵੀ ਹੋਏਗੀ ਕਿ ਗਿੰਦੇ ਨਾਲ ਅਸੀਂ ਪ੍ਰੋਡਕਸ਼ਨ ਇਨਕਰੀਜ਼ ਕਰ ਸਕਦੇ ਬਹੁਤ ਬਹੁਤ ਸ਼ੁਕਰੀਆ ਸਰ ਆਪਣਾ ਕੀਮਤੀ ਸਮਾਂ ਖਾੜੇ ਥੈਂਕ ਯੂ ਜੀ ਸੋ ਦੋਸਤੋ ਪ੍ਰੋਫੈਸਰ ਜੁਝਾਰ ਉਹਨਾਂ ਨੂੰ ਤੁਸੀਂ ਨੇ ਸੁਣਿਆ ਕਿ ਗੈਂਦੇ ਦੀ ਫਸਲ ਦੇ ਵਿੱਚ ਜੋ ਪੰਜਾਬ ਦੇ ਵਿੱਚ ਡਿਮਾਂਡ ਬਹੁਤ ਜ਼ਿਆਦਾ ਹੈ ਪਰ ਕਿਸ ਤਰ੍ਹਾਂ ਗੈਂਦੇ ਦੇ ਫੁੱਲ ਦੀ ਖੇਤੀ ਨੂੰ ਪੰਜਾਬ ਦੇ ਵਿੱਚ ਪਰਫੁੱਲਤ ਕੀਤਾ ਜਾ ਸਕਦਾ ਕੋਈ ਜ਼ਿਆਦਾ ਮੁਸ਼ਕਲ ਕੰਮ ਨਹੀਂ ਕੁਝ ਸਟੈਪ ਜਿਹੜੇ ਨੇ ਲੈਣੇ ਪੈਣਗੇ ਤੇ ਗੈਂਦੇ ਦੀ ਖੇਤੀ ਦਾ ਭਵਿੱਖ ਜਿਹੜਾ ਹੈ ਪੰਜਾਬ ਦੇ ਵਿੱਚ ਬਹੁਤ ਉਜਵਲਾ ਕਿਸਾਨ ਨਾਲ ਦੀ ਨਾਲ ਖੂਬਸੂਰਤੀ ਦੇ ਨਾਲ ਆਪਣਾ ਚੰਗਾ ਪੈਸਾ ਇਸ ਫਸਲ ਤੋਂ ਕਮਾ ਸਕਦਾ ਹੈ ਆਸ ਕਰਦੇ ਹਾਂ ਪ੍ਰੋਫੈਸਰ ਸਾਹਿਬ ਦੇ ਵਿਚਾਰਾਂ ਦੇ ਨਾਲ ਤੁਸੀਂ ਸਹਿਮਤੀ ਰੱਖਦੇ ਹੋਵੋਗੇ ਕਿਸੇ ਹੋਰ ਨਵੇਂ શિક્ષੇ ਦੇ ਨਾਲ ਤੁਹਾਡੇ ਤੱਕ ਦੁਬਾਰਾ ਪਾਉਂਦੇ ਹਾਂ ਤਦ ਤੱਕ ਲਈ ਪ੍ਰਾਈਡ ਪੰਜਾਬ ਟੀਵੀ ਦੇਖਦੇ ਰਹੋ ਮਾਨੂੰ ਇਜਾਜ਼ਤ ਦਿਓ ਧੰਨਵਾਦ ਅੱਜ ਦਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ